ਤੇ ਅੱਜ ਦਾ ਟਾਈਟਲ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਅੱਜ ਕਿਸ ਚੀਜ਼ ਦੇ ਬਾਰੇ ਗੱਲ ਕਰਨ ਜਾ ਰਿਹਾ ਜੀ। ਹਾਂ ਦੋਸਤੋ, ਅੱਜ ਮੈਂ ਇੰਡੀਆ ਦੇ ਬਾਰੇ ਗੱਲ ਕਰਨ ਜਾ ਰਿਹਾ, ਇੰਡੀਅਨ ਕ੍ਰਿਕਟ ਟੀਮ ਦੇ ਬਾਰੇ ਗੱਲ ਕਰਨ ਜਾ ਰਿਹਾ। ਇੰਡੀਅਨ ਕ੍ਰਿਕਟ ਟੀਮ ਨੇ ਇੱਕ ਬੱਲੇ ਸਾਊਥ ਅਫਰੀਕਾ ਦਾ ਵਾਈਟ ਵਾਸ਼ ਤਾਂ ਕੀਤਾ, ਲੇਕਿਨ ਇੰਨੀਆਂ ਕੁ ਇੰਡੀਆ ਨੇ ਦੁਆਵਾਂ ਖੱਟੀਆਂ ਹੈ ਕਿ ਪੂਰੇ ਵਰਲਡ ਵਿੱਚ ਅੱਜ ਪੂਰਾ ਵਰਲਡ ਇੰਡੀਆ ਦੀ ਤਾਰੀਫਾਂ ਕਰਨ ਦਿਆ ਵਾ। ਉਹਦਾ ਰੀਜ਼ਨ ਕੀ ਹੈ? ਇੱਕ ਤਾਂ ਆਪਣੇ ਕੋਲ ਇੱਕ ਬੈਟਿੰਗ ਬੜੀ ਵਧੀਆ ਸਟਰੋਂਗ ਹੋ ਗਈ ਹੈ, ਸਾਡੀ ਬੋਲਿੰਗ ਵੀ ਬੜੀ ਵਧੀਆ ਸਟਰੋਂਗ ਹੋ ਗਈ, ਈਵਨ ਕਿ ਸਾਡਾ ਆਲਰਾਊਂਡਰ ਪ੍ਰਦਰਸ਼ਨ ਹੋ ਰਿਹਾ। ਅਤੇ ਇੰਡੀਆ ਦੇ ਜਿਹੜੇ ਆਲਰਾਊਂਡਰ ਹੈਗੇ ਆ ਉਹ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਨ ਦੇ, ਤੁਸੀਂ ਵੇਖ ਹੀ ਲਿਆਉਣਾ ਰਵਿੰਦਰ ਜਡੇਜਾ, ਅਸ਼ਵਿਨ ਨੂੰ ਵੇਖ ਹੀ ਲਿਆਉਣਾ ਵਾ, ਠੀਕ ਹੈ। ਅਤੇ ਦੂਜੀ ਤਰ੍ਹਾਂ ਆਪਾਂ ਗੱਲ ਕਰੀਏ ਕਿ ਜਿਹੜੇ ਪਾਕਿਸਤਾਨ ਦੇ ਜਿਹੜੇ ਜਰਨਲਿਸਟ ਹੈਗੇ ਆ, ਪਾਕਿਸਤਾਨ ਦੇ ਜਿਹੜੇ ਪੂਰਵ ਕ੍ਰਿਕਟਰਸ ਹੈਗੇ ਆ, ਉਹ ਵੀ ਇੰਡੀਆ ਦੀ ਬੜੀ ਤਾਰੀਫ ਕਰਨ ਦੇ ਆ। ਅਤੇ ਵੈਸੇ ਤਾਰੀਫ ਕਰਨਾ ਤਾਂ ਜਾਇਜ਼ ਹੈ, ਤਾਰੀਫ ਕਰਨਾ ਤਾਂ ਬਣਦਾ, ਕਿਉਂਕਿ ਤਾਰੀਫ ਦੇ ਹੱਕਦਾਰ ਹੀ ਹੈਗੇ ਆ। ਅਤੇ ਤੁਹਾਨੂੰ ਪਤਾ ਵਾ ਕਿ ਇੰਡੀਆ ਨੇ ਪਹਿਲਾ ਮੈਚ ਵੀ ਬੜੀ ਬੁਰੀ ਤਰ੍ਹਾਂ ਹਰਾਇਆ ਅਫਰੀਕਾ ਨੂੰ, ਦੂਸਰਾ ਵੀ ਅਤੇ ਤੀਸਰਾ ਵੀ ਬੜੀ ਬੁਰੀ ਤਰ੍ਹਾਂ ਲਾਇਆ। ਇਹੀ ਕਾਰਨ ਹੈਗਾ ਕਿ ਇੰਡੀਆ ਦੀ ਅੱਜ ਪੂਰੇ ਵਰਲਡ ਦੇ ਵਿੱਚ ਚਰਚਾ ਹੋ ਰਹੀ ਹੈ। ਅਤੇ ਟੈਸਟ ਚੈਂਪੀਅਨਸ਼ਿਪ ਦੇ ਵਿੱਚ ਇੰਡੀਆ ਨੇ 5 ਮੈਚ ਖੇਡੇ ਅਤੇ 5 ਦੇ 5 ਜਿੱਤੇ ਆ। ਅਤੇ ਅਗਲੀ ਹੁਣ ਇੰਡੀਆ ਸੀਰੀਜ਼ ਹੈਗੀ ਹੈ ਕਿ ਬੰਗਲਾਦੇਸ਼ ਆ ਰਿਹਾ ਇੰਡੀਆ ਦੇ ਵਿੱਚ। ਅਤੇ ਦੇਖੋ, ਇਹ ਵੀ ਇੱਕ ਸਸਪੈਂਸ ਹੀ ਬਣਿਆ ਹੈ ਕਿ ਇਹਨਾਂ ਦੇ ਵਿੱਚ ਸੀਰੀਜ਼ ਹੁੰਦੀ ਹੈ ਕਿ ਨਹੀਂ ਹੁੰਦੀ, ਕਿਉਂਕਿ ਕੋਈ ਉਹਨਾਂ ਦੇ ਬੰਗਲਾਦੇਸ਼ ਦੀ ਕੋਈ ਆਪਸੀ ਕੋਈ ਗੱਲਬਾਤ ਹੋਣੀ ਹੈ ਜਿਹੜੀ ਕਿ ਸਾਨੂੰ, ਮੈਨੂੰ ਤਾਂ ਪਤਾ ਨਹੀਂ। ਅਤੇ ਬਟ ਸੌਰਵ ਗਾਂਗਲੀ ਸਾਡੇ BCCI ਦੇ ਨਵੇਂ ਪ੍ਰੈਜ਼ੀਡੈਂਟ, ਉਹਨਾਂ ਨੇ ਕਿਹਾ ਵਾ ਕਿ ਇਹ ਸੀਰੀਜ਼ ਜ਼ਰੂਰ ਹੋਵੇਗੀ। ਅਤੇ ਆਪਾਂ ਵੀ ਦੁਆਵਾਂ ਹੀ ਕਰਦੇ ਹਾਂ ਕਿ ਵਾਕਿਆ ਸੀਰੀਜ਼ ਹੋਵੇ। ਅਤੇ ਦੂਸਰੀ ਤਰ੍ਹਾਂ ਆਪਾਂ ਗੱਲ ਕਰੀਏ ਪਾਕਿਸਤਾਨ ਦੇ ਜਿਹੜੇ ਜਰਨਲ ਹੈਗੇ ਆ, ਜਰਨਲਿਸਟ ਹੈਗੇ ਆ, ਉਹ ਵੀ ਇੰਡੀਆ ਦੀ ਬੜੀ ਤਾਰੀਫ ਕਰਨ ਦੇ ਆ। ਅਤੇ ਇੱਥੋਂ ਪਤਾ ਲੱਗਦਾ ਹੈ ਕਿ ਉਹ ਵਾਕਈ ਕ੍ਰਿਕਟ ਨੂੰ ਆਪਣੀ ਪ੍ਰੈਫਰੈਂਸ ਦਿੰਦੇ ਫਸਟ, ਨਾ ਕਿ ਨੈਸ਼ਨੈਲਿਟੀ ਨੂੰ। ਉਹਨਾਂ ਨੇ ਅੱਗੇ ਵੀ ਬੜੀ ਵਾਰੀ ਕਿਹਾ ਕਿ ਆਪਾਂ ਜਸਟ ਇੱਕ ਐਜ਼ ਏ ਕ੍ਰਿਕਟਰ ਦੇ ਤੌਰ 'ਤੇ ਆਪਾਂ ਇੰਡੀਆ ਦੀ ਤਾਰੀਫ ਕਰਨ ਦੇ ਹਾਂ, ਸਾਡਾ ਕੋਈ ਮੇਨ ਮਕਸਦ ਨਹੀਂ ਹੈਗਾ, ਸਾਡਾ ਜਸਟ ਹੈਗਾ ਵਾ ਕਿ ਆਪਾਂ ਪਿਆਰ ਵਧਾ ਰਹੇ ਹਾਂ ਬਸ। ਸੋ ਇਹੀ ਗੱਲ ਹੈਗੀ ਹੈ ਕਿ ਸਾਨੂੰ ਕ੍ਰਿਕਟ ਨੂੰ ਵੀ ਅੱਗੇ ਲੈ ਕੇ ਜਾਣਾ ਚਾਹੀਦਾ ਵਾ। ਇਹਦੇ ਵਿੱਚ ਸਾਨੂੰ ਕੋਈ ਰਿਲੀਜਨ, ਨਾ ਕੋਈ ਨੈਸ਼ਨੈਲਿਟੀ, ਨਾ ਕੁਛ ਨਹੀਂ ਸਾਨੂੰ ਮਤਲਬ ਲੈ ਕੇ ਜਾਣਾ ਚਾਹੀਦਾ। ਜੇ ਕ੍ਰਿਕਟ ਦੇ ਬੇਸ 'ਤੇ ਅਗਲੇ ਸਾਡੀ ਤਾਰੀਫਾਂ ਕਰਨ ਦੇ ਆ, ਇਟ ਮੀਨਸ ਕਿ ਸਾਡੇ ਵਿੱਚ ਕਾਬਲੀਅਤ ਹੈਗੀ। ਈਵਨ ਕਿ ਇਹੀ ਪਾਕਿਸਤਾਨੀ ਨਹੀਂ, ਸਾਰੇ ਪਾਕਿਸਤਾਨੀ ਜਿੰਨੇ ਵੀ ਪਾਕਿਸਤਾਨੀ ਪੂਰਵ ਕ੍ਰਿਕਟਰਸ ਹੈਗੇ ਆ, ਉਹਨਾਂ ਦੇ ਯੂਟਿਊਬ ਚੈਨਲਸ ਹੈਗੇ ਆ ਜਾਂ ਜਰਨਲਿਸਟ ਹੈਗੇ ਆ, ਸਾਰੇ ਇੰਡੀਆ ਤਾਰੀਫ ਕਰਨ ਦੇ। ਉਹਦਾ ਰੀਜ਼ਨ ਵੀ ਇਹੀ ਹੈਗਾ ਕਿ ਇਸ ਟਾਈਮ ਇੰਡੀਆ ਬੜੀ ਤਗੜੀ ਫੋਰਮ ਦੇ ਵਿੱਚ ਹੈਗਾ। ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਮਤਲਬ ਇਸ ਟਾਈਮ ਹਜੇ ਇੰਡੀਆ ਦਾ ਮੁਕਾਬਲਾ ਕੋਈ ਕਰ ਸਕਦਾ ਵਾ। ਅਤੇ ਬਾਕੀ ਰਹੀ ਗੱਲ ਆਪਾਂ ਹੁਣ ਅਗਲੀਆਂ ਸੀਰੀਜ਼ ਦੀ ਗੱਲ ਕਰੀਏ, ਅਗਲੀ ਸੀਰੀਜ਼ ਇੰਡੀਆ ਦੀ ਅਤੇ ਬੰਗਲਾਦੇਸ਼ ਦੀ ਹੋਏਗੀ। ਪਾਕਿਸਤਾਨ ਨੇ ਵੀ ਆਪਣੀ ਟੀਮ ਰਵਾਨਾ ਕਰ ਦਿੱਤੀ ਹੈ ਆਸਟ੍ਰੇਲੀਆ ਵਾਸਤੇ, ਅਤੇ ਇੱਧਰੋਂ ਸ਼੍ਰੀਲੰਕਾ ਨੇ ਵੀ ਆਪਣੀ ਟੀਮ ਰਵਾਨਾ ਕਰ ਦਿੱਤੀ ਹੈ। ਅਤੇ ਅਗਲੀ ਸੀਰੀਜ਼ ਇੱਕ ਹੋਰ ਹੋਣ ਜਾ ਰਹੀ ਹੋ ਰਹੀ ਇੰਗਲੈਂਡ ਦੇ ਨਿਊਜ਼ੀਲੈਂਡ ਦੇ ਵਿੱਚ। ਇੰਗਲੈਂਡ ਜਿਹੜਾ ਹੈਗਾ ਆਪਣਾ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਜਾ ਰਿਹਾ। ਅਤੇ ਇਹ ਜਿਹੜੀਆਂ ਸੀਰੀਜ਼ ਆ ਚੱਲ ਰਹੀਆਂ, ਅਤੇ ਜਿਹੜੀ ਅਫਗਾਨਿਸਤਾਨ ਅਤੇ ਵੈਸਟ ਇੰਡੀਜ਼ ਦੀ ਸੀਰੀਜ਼, ਉਹ ਇੰਡੀਆ ਦੇ ਵਿੱਚ ਹੋਏਗੀ। ਉਹ ਸ਼ਾਇਦ ਮੇਰੇ ਖਿਆਲ 'ਚ ਮੇ ਬੀ ਵਨਡੇ ਹੋਏਗੀ। ਬਾਕੀ ਤੁਹਾਨੂੰ ਮੈਂ ਲਾਈਵ ਅਪਡੇਟਸ ਦਿੰਦਾ ਰਹਾਂਗਾ ਇੱਦਾਂ ਹੀ। ਅਤੇ ਮੇਰੇ ਜਿਵੇਂ ਤੁਸੀਂ ਪ੍ਰੋਫੈਸ਼ਨਲ ਦੇ ਚੈਨਲ ਸਬਸਕ੍ਰਾਈਬ ਕਰਦੇ ਹੋ, ਅਤੇ ਆਪਣੇ ਭਰਾ ਨੂੰ ਵੀ ਇੱਦਾਂ ਦਾ ਪਿਆਰ ਦਿਓ, ਤਾਂ ਕਿ ਜਿਹੜੀਆਂ ਛੋਟੀ ਤੋਂ ਛੋਟੀ ਖਬਰ ਹੋਵੇਗੀ ਕ੍ਰਿਕਟ ਦੀ, ਮੈਂ ਤੁਹਾਡੇ ਤੱਕ ਲਿਆਵਾਂਗਾ। ਜਿਹੜੇ ਕਿ ਪ੍ਰੋਫੈਸ਼ਨਲਸ ਵੀ ਬਹੁਤ ਘੱਟ, ਕਿਉਂਕਿ ਉਹਨਾਂ ਦਾ ਤਾਂ ਹੁੰਦਾ, ਪ੍ਰੋਫੈਸ਼ਨਲਸ ਕੀ ਹੁੰਦੇ ਆ, ਉਹਨਾਂ ਨੇ ਤਾਂ ਮਤਲਬ ਆਪਣਾ ਸਾਰਾ ਕਵਰ ਕਰਕੇ ਹੀ ਹੋਣਾ। ਹੁਣ ਸਾਡੇ ਵਰਗੇ ਤਾਂ ਵਿਹਲੇ ਹੀ ਹੈਗੇ, ਆਪਾਂ ਤਾਂ ਫਿਰ ਇਹੀ ਖਬਰਾਂ ਦੇਣੀਆਂ ਵਾ। ਜਦਕਿ ਮੈਂ ਸਵੇਰੇ ਵੀ ਵੀਡੀਓ ਬਣਾ ਰਿਹਾ ਸੀ, ਅਤੇ ਮੈਂ ਪਾ ਹੀ ਦੇਣੀ ਸੀ ਸਵੇਰੇ ਥੋੜ੍ਹਾ, ਲੇਕਿਨ ਲੋਕੇਸ਼ਨ ਨਹੀਂ ਮੈਨੂੰ ਸਹੀ ਮਿਲੀ। ਬਟ ਸੋਰੀ ਲੇਟ ਪਾਈ ਵੀਡੀਓ ਥੋੜ੍ਹੀ, ਚਲੋ ਠੀਕ ਆ। ਅਤੇ ਕੋਈ ਨਹੀਂ, ਹੁਣ ਆਪਾਂ ਅੱਗੋਂ ਤੋਂ ਇੱਦਾਂ ਹੀ ਐਕਟਿਵ ਹੋਣਾ ਕਰਨਾ ਵਾ, ਰੋਜ਼ ਹੀ ਰੋਜ਼ ਹੀ ਤੁਹਾਨੂੰ ਕੋਈ ਨਾ ਕੋਈ ਕ੍ਰਿਕਟ ਦੇ ਰਿਲੇਟਿਡ, ਕੋਈ ਕ੍ਰਿਕਟ ਦੀ ਐਨਾਲਾਈਜ਼ ਕੁਛ ਵੀ ਹੋਵੇ ਕ੍ਰਿਕਟ ਦਾ, ਆਪਾਂ ਤੁਹਾਨੂੰ ਸਭ ਤੋਂ ਅੱਗੇ ਲਿਆਵਾਂਗੇ ਤੁਹਾਡੇ ਅੱਗੇ। ਅਤੇ ਮੈਂ ਤੁਹਾਨੂੰ ਇੱਛਾਵਾਂ ਕਰਦਾ, ਮੈਂ ਦੁਆਵਾਂ ਕਰਦਾ ਕਿ ਤੁਹਾਨੂੰ ਇਹ ਵੀਡੀਓ ਬੜੀ ਵਧੀਆ ਲੱਗੀ ਹੋਏਗੀ। ਜੇ ਵਧੀਆ ਲੱਗੀ ਹੈ ਤਾਂ ਜ਼ਰੂਰ ਭਰਾ ਦਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।